ਵੀਆਈਪੀ ਵਾਲੀ ਲਾਈਨ ਨੂੰ ਲੈ ਕੇ ਵਿਧਾਇਕ ਦਾ ਟੋਲ ਪਲਾਜ਼ਾ ਵਾਲਿਆਂ ਦੇ ਨਾਲ ਪੰਗਾ ਪੈ ਗਿਆ ਤੇ ਗੁੱਸੇ ਦੇ ਵਿੱਚ ਆਏ ਵਿਧਾਇਕ ਨੇ ਟੋਲ ਪਲਾਜ਼ਾ ਹੀ ਫ੍ਰੀ ਕਰ ਦਿੱਤਾ। ਤਾਂ ਦੱਸ ਦਈਏ ਕਿ ਇੱਕ ਵਿਧਾਇਕ ਦਾ ਟੋਲ ਪਲਾਜ਼ਾ ਵਾਲਿਆਂ ਨਾਲ ਵੀਆਈਪੀ ਲਾਈਨ ਨੂੰ ਲੈ ਕੇ ਪੰਗਾ ਪਿਆ। ਹਾਲਾਂਕਿ ਵਿਧਾਇਕ ਦਾ ਕਹਿਣਾ ਸੀ ਕਿ ਵਾਰ ਵਾਰ ਇਹਨਾਂ ਨੂੰ ਕਿਹਾ ਗਿਆ ਕਿ ਇਹ ਲਾਈਨ ਨੂੰ ਖੋਲ੍ਹ ਦਿੱਤਾ ਜਾਵੇ, ਪਰ ਇਹਨਾਂ ਦੇ ਵੱਲੋਂ ਹਾਲੇ ਤੱਕ ਨਹੀਂ ਖੋਲ੍ਹਿਆ ਗਿਆ। ਜਦੋਂ ਇਹ ਗੱਲ ਕਰਨ ਦੇ ਲਈ ਪਹੁੰਚੇ ਤਾਂ ਟੋਲ ਪਲਾਜ਼ਾ ਵਾਲਿਆਂ ਨੇ ਪਹਿਲਾਂ ਉਹਨਾਂ ਦੇ ਨਾਲ ਬਦਤਮੀਜ਼ੀ ਕੀਤੀ ਅਤੇ ਗਲਤ ਸ਼ਬਦਾਵਲੀ ਦਾ ਪ੍ਰਯੋਗ ਕੀਤਾ, ਜਿਸ ਤੋਂ ਬਾਅਦ ਦੇ ਵਿੱਚ ਵਿਧਾਇਕ ਨੇ ਪੁਲਿਸ ਸੱਦੀ ਅਤੇ ਟੋਲ ਪਲਾਜ਼ਾ ਹੀ ਫ੍ਰੀ ਕਰਵਾ ਦਿੱਤਾ। ਤਾਂ ਮਾਮਲਾ ਬਾਬਾ ਬਕਾਲਾ ਤੋਂ ਸਾਹਮਣੇ ਆਇਆ, ਜਿੱਥੇ ਕਿ ਬਾਬਾ ਬਕਾਲਾ ਤੋਂ ਵਿਧਾਇਕ ਦਲਵੀਰ ਸਿੰਘ ਟੋਂਗ, ਜੋ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ, ਉਹਨਾਂ ਦਾ ਪੰਗਾ ਜੋ ਹੈ ਟੋਲ ਪਲਾਜ਼ਾ ਵਾਲਿਆਂ ਦੇ ਨਾਲ ਪਿਆ। ਹਾਲਾਂਕਿ ਤੁਸੀਂ ਵੀ ਅਕਸਰ ਦੇਖਿਆ ਹੋਣਾ, ਜਦੋਂ ਟੋਲ ਪਲਾਜ਼ਾ ਤੋਂ ਨਿਕਲਦੇ ਹਾਂ ਤਾਂ ਇੱਕ ਸਾਈਡ ਦੇ ਵਿੱਚ ਲਾਈਨ ਵੀ ਬਣੀ ਹੁੰਦੀ ਹੈ, ਜਿਸ ਦੇ ਵਿੱਚ ਉਹਦੀ ਸਕੂਟਰ ਮੋਟਰਸਾਈਕਲ ਦੇ ਨਾਲ ਨਾਲ ਐਂਬੂਲੈਂਸ, ਆਰਮੀ ਦੀਆਂ ਗੱਡੀਆਂ, ਵੀਆਈਪੀ ਗੱਡੀਆਂ ਅਤੇ ਸਰਕਾਰੀ ਗੱਡੀਆਂ ਉਸ ਲਾਈਨ ਦੇ ਵਿੱਚੋਂ ਨਿਕਲਦੀਆਂ ਨੇ। ਪਰ ਉੱਥੇ ਹੀ ਵਿਧਾਇਕ ਦਾ ਕਹਿਣਾ ਕਿ ਇਸ ਲਾਈਨ ਨੂੰ ਹੀ ਇਹਨਾਂ ਦੇ ਵੱਲੋਂ ਬੰਦ ਕਰ ਦਿੱਤਾ ਗਿਆ ਸੀ। ਕਈ ਵਾਰ ਇਹਨਾਂ ਨੂੰ ਖੋਲ੍ਹਣ ਦੀ ਚੇਤਾਵਨੀ ਵੀ ਦਿੱਤੀ ਗਈ, ਪਰ ਇਹਨਾਂ ਨੇ ਨਹੀਂ ਖੋਲ੍ਹਿਆ। ਅਤੇ ਹੁਣ ਜਦੋਂ ਵਿਧਾਇਕ ਹਰਿਦੁਆਰ ਤੋਂ ਵਾਪਸੀ ਕਰ ਰਹੇ ਸੀ ਤਾਂ ਉਸ ਸਮੇਂ ਮੁੜ ਤੋਂ ਜਦੋਂ ਟੋਲ ਪਲਾਜ਼ਾ ਦੇ ਕਰਮੀਆਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਬਦਤਮੀਜ਼ੀ ਕਰਨੀ ਸ਼ੁਰੂ ਕਰ ਦਿੱਤੀ, ਜਿਸ ਤੋਂ ਬਾਅਦ ਗੁੱਸੇ ਦੇ ਵਿੱਚ ਆਏ ਵਿਧਾਇਕ ਨੇ ਟੋਲ ਪਲਾਜ਼ਾ ਹੀ ਫ੍ਰੀ ਕਰ ਦਿੱਤਾ। ਅਤੇ ਇਹ ਫ੍ਰੀ ਦੀਆਂ ਤਸਵੀਰਾਂ ਹੁਣ ਸਾਹਮਣੇ ਆ ਰਹੀਆਂ ਨੇ, ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਗੱਡੀ ਦੇ ਵਿੱਚ ਖੁਦ ਵਿਧਾਇਕ ਉੱਥੇ ਬੈਠੇ ਨੇ ਅਤੇ ਟੋਲ ਪਲਾਜ਼ਾ ਤੋਂ ਗੱਡੀਆਂ ਜੋ ਨੇ ਉਹ ਫ੍ਰੀ ਦੇ ਵਿੱਚ ਨਿਕਲਦੀਆਂ ਨਜ਼ਰ ਆ ਰਹੀਆਂ ਨੇ। ਹਾਲਾਂਕਿ ਇਸ ਮੌਕੇ ਦੇ ਉੱਤੇ ਵਿਧਾਇਕ ਦਾ ਕਹਿਣਾ ਹੈ ਕਿ ਜਦੋਂ ਤੱਕ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ, ਉਹ ਉਦੋਂ ਤੱਕ ਟੋਲ ਪਲਾਜ਼ੇ ਨੂੰ ਫ੍ਰੀ ਹੀ ਕਰਕੇ ਰੱਖਣਗੇ। ਵੀਆਈਪੀ ਵਾਲੀ ਲਾਈਨ ਨੂੰ ਲੈ ਕੇ ਵਿਧਾਇਕ ਦਾ ਟੋਲ ਪਲਾਜ਼ਾ ਵਾਲਿਆਂ ਦੇ ਨਾਲ ਪੰਗਾ ਪੈ ਗਿਆ ਅਤੇ ਗੁੱਸੇ ਦੇ ਵਿੱਚ ਆਏ ਵਿਧਾਇਕ ਨੇ ਟੋਲ ਪਲਾਜ਼ਾ ਹੀ ਫ੍ਰੀ ਕਰ ਦਿੱਤਾ। ਤਾਂ ਦੱਸ ਦਈਏ ਕਿ ਇੱਕ ਵਿਧਾਇਕ ਦਾ ਟੋਲ ਪਲਾਜ਼ਾ ਵਾਲਿਆਂ ਨਾਲ ਵੀਆਈਪੀ ਲਾਈਨ ਨੂੰ ਲੈ ਕੇ ਪੰਗਾ ਪਿਆ। ਹਾਲਾਂਕਿ ਵਿਧਾਇਕ ਦਾ ਕਹਿਣਾ ਸੀ ਕਿ ਵਾਰ ਵਾਰ ਇਹਨਾਂ ਨੂੰ ਕਿਹਾ ਗਿਆ ਕਿ ਇਹ ਲਾਈਨ ਨੂੰ ਖੋਲ੍ਹ ਦਿੱਤਾ ਜਾਵੇ, ਪਰ ਇਹਨਾਂ ਦੇ ਵੱਲੋਂ ਹਾਲੇ ਤੱਕ ਨਹੀਂ ਖੋਲ੍ਹਿਆ ਗਿਆ। ਜਦੋਂ ਇਹ ਗੱਲ ਕਰਨ ਦੇ ਲਈ ਪਹੁੰਚੇ ਤਾਂ ਟੋਲ ਪਲਾਜ਼ਾ ਵਾਲਿਆਂ ਨੇ ਪਹਿਲਾਂ ਉਹਨਾਂ ਦੇ ਨਾਲ ਬਦਤਮੀਜ਼ੀ ਕੀਤੀ ਅਤੇ ਗਲਤ ਸ਼ਬਦਾਵਲੀ ਦਾ ਪ੍ਰਯੋਗ ਕੀਤਾ, ਜਿਸ ਤੋਂ ਬਾਅਦ ਦੇ ਵਿੱਚ ਵਿਧਾਇਕ ਨੇ ਪੁਲਿਸ ਸੱਦੀ ਅਤੇ ਟੋਲ ਪਲਾਜ਼ਾ ਹੀ ਫ੍ਰੀ ਕਰਵਾ ਦਿੱਤਾ। ਤਾਂ ਮਾਮਲਾ ਬਾਬਾ ਬਕਾਲਾ ਤੋਂ ਸਾਹਮਣੇ ਆਇਆ, ਜਿੱਥੇ ਕਿ ਬਾਬਾ ਬਕਾਲਾ ਤੋਂ ਵਿਧਾਇਕ ਦਲਵੀਰ ਸਿੰਘ ਟੋਂਗ, ਜੋ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ, ਉਹਨਾਂ ਦਾ ਪੰਗਾ ਜੋ ਹੈ ਟੋਲ ਪਲਾਜ਼ਾ ਵਾਲਿਆਂ ਦੇ ਨਾਲ ਪਿਆ। ਹਾਲਾਂਕਿ ਤੁਸੀਂ ਵੀ ਅਕਸਰ ਦੇਖਿਆ ਹੋਣਾ, ਜਦੋਂ ਟੋਲ ਪਲਾਜ਼ਾ ਤੋਂ ਨਿਕਲਦੇ ਹਾਂ ਤਾਂ ਇੱਕ ਸਾਈਡ ਦੇ ਵਿੱਚ ਲਾਈਨ ਵੀ ਬਣੀ ਹੁੰਦੀ ਹੈ, ਜਿਸ ਦੇ ਵਿੱਚ ਉਹਦੀ ਸਕੂਟਰ ਮੋਟਰਸਾਈਕਲ ਦੇ ਨਾਲ ਨਾਲ ਐਂਬੂਲੈਂਸ, ਆਰਮੀ ਦੀਆਂ ਗੱਡੀਆਂ, ਵੀਆਈਪੀ ਗੱਡੀਆਂ ਅਤੇ ਸਰਕਾਰੀ ਗੱਡੀਆਂ ਉਸ ਲਾਈਨ ਦੇ ਵਿੱਚੋਂ ਨਿਕਲਦੀਆਂ ਨੇ। ਪਰ ਉੱਥੇ ਹੀ ਵਿਧਾਇਕ ਦਾ ਕਹਿਣਾ ਕਿ ਇਸ ਲਾਈਨ ਨੂੰ ਹੀ ਇਹਨਾਂ ਦੇ ਵੱਲੋਂ ਬੰਦ ਕਰ ਦਿੱਤਾ ਗਿਆ ਸੀ। ਕਈ ਵਾਰ ਇਹਨਾਂ ਨੂੰ ਖੋਲ੍ਹਣ ਦੀ ਚੇਤਾਵਨੀ ਵੀ ਦਿੱਤੀ ਗਈ, ਪਰ ਇਹਨਾਂ ਨੇ ਨਹੀਂ ਖੋਲ੍ਹਿਆ। ਅਤੇ ਹੁਣ ਜਦੋਂ ਵਿਧਾਇਕ ਹਰਿਦੁਆਰ ਤੋਂ ਵਾਪਸੀ ਕਰ ਰਹੇ ਸੀ ਤਾਂ ਉਸ ਸਮੇਂ ਮੁੜ ਤੋਂ ਜਦੋਂ ਟੋਲ ਪਲਾਜ਼ਾ ਦੇ ਕਰਮੀਆਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਬਦਤਮੀਜ਼ੀ ਕਰਨੀ ਸ਼ੁਰੂ ਕਰ ਦਿੱਤੀ, ਜਿਸ ਤੋਂ ਬਾਅਦ ਗੁੱਸੇ ਦੇ ਵਿੱਚ ਆਏ ਵਿਧਾਇਕ ਨੇ ਟੋਲ ਪਲਾਜ਼ਾ ਹੀ ਫ੍ਰੀ ਕਰ ਦਿੱਤਾ। ਅਤੇ ਇਹ ਫ੍ਰੀ ਦੀਆਂ ਤਸਵੀਰਾਂ ਹੁਣ ਸਾਹਮਣੇ ਆ ਰਹੀਆਂ ਨੇ, ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਗੱਡੀ ਦੇ ਵਿੱਚ ਖੁਦ ਵਿਧਾਇਕ ਉੱਥੇ ਬੈਠੇ ਨੇ ਅਤੇ ਟੋਲ ਪਲਾਜ਼ਾ ਤੋਂ ਗੱਡੀਆਂ ਜੋ ਨੇ ਉਹ ਫ੍ਰੀ ਦੇ ਵਿੱਚ ਨਿਕਲਦੀਆਂ ਨਜ਼ਰ ਆ ਰਹੀਆਂ ਨੇ। ਹਾਲਾਂਕਿ ਇਸ ਮੌਕੇ ਦੇ ਉੱਤੇ ਵਿਧਾਇਕ ਦਾ ਕਹਿਣਾ ਹੈ ਕਿ ਜਦੋਂ ਤੱਕ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ, ਉਹ ਉਦੋਂ ਤੱਕ ਟੋਲ ਪਲਾਜ਼ੇ ਨੂੰ ਫ੍ਰੀ ਹੀ ਕਰਕੇ ਰੱਖਣਗੇ।